ਮੈਂ ਹਰਵਿੰਦਰ ਕੌਰ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਵਿਭਾਗ ਜੀਜੀਡੀ ਐਸਜੀ ਕਾਲਜ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਅੱਜ ਤੁਹਾਡੇ ਨਾਲ ਪ੍ਰੋਫੈਸਰ ਰਜਿੰਦਰ ਪਾਲ ਸਿੰਘ ਬਰਾੜ ਦੁਆਰਾ ਲਿਖੇ ਲੇਖ ਪੰਜਾਬੀ ਸੱਭਿਆਚਾਰਕ ਪਰਿਵਰਤਨ ਦੇ ਅਧਿਆਏ ਵਿੱਚ ਪੇਸ਼ ਪਰਿਵਰਤਨਸ਼ੀਲਤਾ ਬਾਰੇ ਚਰਚਾ ਕਰਾਂਗੀ ਇਸ ਲੇਖ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ 12ਵੀਂ ਕਲਾਸ ਦੀ ਲਾਜ਼ਮੀ ਪੰਜਾਬੀ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਹੈ ਸੱਭਿਆਚਾਰ ਦੀ ਪਰਿਵਰਤਨਸ਼ੀਲਤਾ ਸੱਭਿਆਚਾਰ ਇੱਕ ਵਗਦਾ ਦਰਿਆ ਹੈ ਇਸ ਵਿੱਚ ਲਗਾਤਾਰ ਪਰਿਵਰਤਨ جاری ਰਹਿੰਦਾ ਹੈ ਜਿਸ ਦੇ ਬਹੁਤ ਸਾਰੇ ਅੰਦਰਲੇ ਤੇ ਬਾਹਰਲੇ ਕਾਰਨ ਹੁੰਦੇ ਹਨ ਸੱਭਿਆਚਾਰ ਇੱਕ ਜੀਵਨ ਜਾਚ ਹੈ ਜਿਸ ਦੇ ਆਧਾਰ ਪੈਦਾਵਾਰੀ ਸਾਧਨਾ ਸ਼ਕਤੀਆਂ ਅਤੇ ਤਕਨੀਕ ਦੇ ਬਦਲ ਜਾਣ ਨਾਲ ਸੱਭਿਆਚਾਰ ਵੀ ਬਦਲ ਜਾਂਦਾ ਹੈ ਕਈ ਵਾਰ ਇਹ ਦੂਜੇ ਸੱਭਿਆਚਾਰਾਂ ਦੇ ਪ੍ਰਭਾਵ ਹੇਠ ਵੀ ਬਦਲ ਜਾਂਦਾ ਹੈ ਸੱਭਿਆਚਾਰ ਦਾ ਮਨੁੱਖੀ ਇਤਿਹਾਸ ਨਾਲ ਡੂੰਘਾ ਸਬੰਧ ਹੈ ਤੇ ਇਸ ਦੀਆਂ ਪਰੰਪਰਾਵਾਂ ਬਣਨ ਵਿੱਚ ਸਦੀਆਂ ਲੱਗ ਜਾਂਦੀਆਂ ਹਨ ਹਰ ਸਭਿਆਚਾਰ ਸਮੇਂ ਨਾਲ ਵਿਲਾ ਵਿਹਾ ਚੁੱਕੇ ਰਸਮ ਰਿਵਾਜਾਂ ਵਿਸ਼ਵਾਸਾਂ ਕਦਰਾਂ ਕੀਮਤਾਂ ਸੋਹਜ ਸਵਾਦ ਅਤੇ ਕਮਾਕਾਰਾਂ ਦਾ ਤਿਆਗ ਕਰਕੇ ਲੋੜ ਅਨੁਸਾਰ ਨਵੀਆਂ ਕਦਰਾਂ ਕੀਮਤਾਂ ਨੂੰ ਉਸਾਰਦਾ ਹੋਇਆ ਨਵੀਆਂ ਕਲਾਵਾਂ ਦੀ ਸਿਰਜਣਾ ਕਰਦਾ ਰਹਿੰਦਾ ਹੈ ਇਹ ਸਭ ਕੁਝ ਬੜੇ ਸਹਿਦ ਰੂਪ ਵਿੱਚ ਵਾਪਰਦਾ ਹੈ ਆਧੁਨਿਕ ਯੁੱਗ ਵਿੱਚ ਨਵੀਂ ਤਕਨੀਕ ਦੇ ਤੇਜ਼ ਆਵਾਜਾਈ ਦੇ ਸੰਚਾਰ ਸਾਧਨਾਂ ਦੇ ਵਿਕਸਿਤ ਹੋਣ ਨਾਲ ਸੱਭਿਆਚਾਰ ਵੀ ਤੇਜ਼ੀ ਨਾਲ ਬਦਲ ਰਿਹਾ ਹੈ ਇਸ ਤਬਦੀਲੀ ਨੂੰ ਕੁਝ ਲੋਕ ਨਕਾਰਾਤਮਕ ਤੇ ਕੁਝ ਸਕਾਰਾਤਮਕ ਕਰਾਰ ਦੇ ਰਹੇ ਹਨ ਪਹਿਲੇ ਵਿਚਾਰ ਦੇ ਧਾਰਨੀ ਸਾਰੇ ਹੀ ਪੁਰਾਣੇ ਸੱਭਿਆਚਾਰ ਨੂੰ ਵਡਿਉਂਦੇ ਹਨ ਤੇ ਅਜੋਕੇ ਨੂੰ ਛੁਟਿਉਂਦੇ ਹਨ ਦੂਜੇ ਵਿਚਾਰ ਦੇ ਧਾਰਨੀ ਕਈ ਵਾਰ ਆਪਣੇ ਵਿਰਸੇ ਨੂੰ ਵੀ ਭੁੱਲ ਜਾਂਦੇ ਹਨ ਜਗੀਰਦਾਰ ਪ੍ਰਬੰਧ ਵਿੱਚ ਮਰਦ ਦਾ ਮਹੱਤਵ ਖੇਤੀਬਾੜੀ ਆਧਾਰਿਤ ਜਗੀਰਦਾਰੀ ਪ੍ਰਬੰਧ ਮਰਦ ਪ੍ਰਧਾਨ ਹੁੰਦਾ ਹੈ ਪੁਰਾਣੇ ਪੰਜਾਬੀ ਸੱਭਿਆਚਾਰ ਦਾ ਸਾਰਾ ਹੀ ਕਾਰਵਿਹਾਰ ਰੰਗ ਢੰਗ ਤੇ ਗੀਤ ਸੰਗੀਤ ਕੁੜੀਆਂ ਨੂੰ ਦਬਾਉਣ ਅਤੇ ਮੁੰਡਿਆਂ ਨੂੰ ਉੱਚਾਉਣ ਵਾਲਾ ਸੀ ਇਸੇ ਕਰਕੇ ਹੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਮੰਦਾ ਕਹਿਣ ਤੋਂ ਵਰਜਿਆ ਸੀ ਪਹਿਰਾਵੇ ਵਿੱਚ ਤਬਦੀਲੀ ਆਧੁਨਿਕਤਾ ਦੇ ਆਉਣ ਨਾਲ ਕੁੜੀਆਂ ਪੜ੍ਹ ਲਿਖ ਕੇ ਨੌਕਰੀ ਕਰਨ ਲੱਗੀਆਂ ਤੇ ਉਹਨਾਂ ਕੁੰਡ ਕੱਢਣਾ ਛੱਡ ਦਿੱਤਾ ਹੌਲੀ-ਹੌਲੀ ਉਹ ਰਵਾਇਤੀ ਪੰਜਾਬੀ ਪਹਿਰਾਵਾ ਕਗਰਾ ਕੁੜਤੀ ਤੇ ਚਾਦਰ ਦੀ ਥਾਂ ਸਲਵਾਰ ਕਮੀਜ਼ ਤੇ ਚੁੰਨੀ ਪਹਿਨਣ ਲੱਗ ਪਈਆਂ ਫਿਰ ਪੱਛਮੀ ਪ੍ਰਭਾਵ ਅਧੀਨ ਜੀਨ ਟੌਪ ਤੇ ਸਕਰਟ ਟੌਪ ਪਹਿਨਣ ਲੱਗ ਪਈਆਂ ਹਨ ਇਹ ਕੇਵਲ ਪਹਿਰਾਵੇ ਦੀ ਤਬਦੀਲੀ ਹੀ ਨਹੀਂ ਸਗੋਂ ਵਿਚਾਰਾਂ ਦੀ ਤਬਦੀਲੀ ਵੀ ਹੈ ਅੱਜ ਅਸੀਂ ਵਿਆਹੀ ਕੁੜੀ ਤੋਂ ਬੁਰਕਾ ਪਾਉਣ ਤੇ ਕੁੰਡ ਕੱਢਣ ਦੀ ਆਸ ਨਹੀਂ ਕਰ ਸਕਦੇ ਪਹਿਰਾਵਾ ਬੇਸ਼ੱਕ ਨਿੱਜੀ ਮਾਮਲਾ ਹੈ ਪਰੰਤੂ ਫਿਰ ਵੀ ਇਹ ਆਸ ਨਹੀਂ ਕੀਤੀ ਜਾਂਦੀ ਕਿ ਜਨਤਕ ਥਾਵਾਂ ਉੱਤੇ ਕੋਈ ਅਧ ਨੰਗਾ ਪੜਕਾਉ ਪਹਿਰਾਵਾ ਪਹਿਨੇ ਅੱਜ ਪੰਜਾਬੀ ਸਮਾਜ ਵਿੱਚ ਲਹਿੰਗਾ ਚੋਲੀ ਵਿਆਹ ਦੀ ਪੁਸ਼ਾਕ ਬਣਦੀ ਜਾ ਰਹੀ ਹੈ ਪਰੰਤੂ ਆਮ ਪਰਿਵਾਰਿਕ ਸਮਾਗਮਾਂ ਵਿੱਚ ਕੁੜੀਆਂ ਸਲਵਾਰ ਕਮੀਜ਼ ਪਾਉਂਦੀਆਂ ਹਨ ਵਿਦਿਆਰਥੀ ਜੀਵਨ ਸਮੇਂ ਅਤੇ ਕੁਝ ਆਮ ਘਰਾਂ ਵਿੱਚ ਸੌਖੇ ਰਹਿਣ ਲਈ ਕੈਪਰੀਆਂ ਹਾਫ ਪੈਂਟ ਬਰਮੁੰਡੇ ਤੇ ਸਕਾਟਾਂ ਵੀ ਪਾਈਆਂ ਜਾਂਦੀਆਂ ਹਨ ਸਾਨੂੰ ਜਿੱਥੇ ਨਵੀਂ ਪੀੜੀ ਦੀ ਇਸ ਪਹਿਰਾਵਾ ਤਬਦੀਲੀ ਨੂੰ ਪਰਵਾਹਣ ਕਰਨ ਦੀ ਜ਼ਰੂਰਤ ਹੈ ਉੱਥੇ ਰਵਾਇਤੀ ਪਹਿਰਾਵੇ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ ਪਰੰਤੂ ਰਵਾਇਤੀ ਪਹਿਰਾਵੇ ਦੇ ਨਾਂ ਹੇਠ ਕਿਸੇ ਦੇ ਜੀਵਨ ਹੱਕ ਉੱਤੇ ਰੋਕ ਲਾਉਣੀ ਵੀ ਗਲਤ ਹੈ ਇਹ ਗੱਲ ਮੁੰਡਿਆਂ ਉੱਤੇ ਵੀ ਲਾਗੂ ਹੋਣੀ ਚਾਹੀਦੀ ਹੈ ਅਜੋਕੀ ਤਾਂ ਦਿੱਲੀ ਵਿੱਚ ਮੰਡੀ ਦਾ ਵੀ ਵੱਡਾ ਰੋਲ ਹੈ ਬਾਜ਼ਾਰ ਵਿੱਚ ਵਿਦੇਸ਼ੀ ਰੈਡੀਮੇਡ ਕੱਪੜਿਆਂ ਦੀ ਪਰਮਾਰ ਹੈ ਪਰੰਤੂ ਪੰਜਾਬੀ ਕੱਪੜੇ ਘੱਟ ਮਿਲਦੇ ਹਨ ਸਾਡੇ ਪੋਸ਼ਾਕ ਨਿਰਮਾਤਾਵਾਂ ਨੂੰ ਸਾਡੇ ਸੋਹਜ ਸਵਾਦਾ ਅਨੁਸਾਰ ਚੰਗੀਆਂ ਦੇਸੀ ਪੋਸ਼ਾਕਾਂ ਬਾਜ਼ਾਰ ਵਿੱਚ ਲਿਆਉਣੀਆਂ ਚਾਹੀਦੀਆਂ ਹਨ ਵੱਡੀ ਜ਼ਿੰਮੇਵਾਰੀ ਅੱਜ ਫਿਲਮੀ ਸਿਤਾਰਿਆਂ ਵੱਡੇ ਖਿਡਾਰੀਆਂ ਤੇ ਕਲਾਕਾਰਾਂ ਦੇ ਨਾਲ ਨਾਲ ਕਾਰਖਾਨੇਦਾਰਾਂ ਦੀ ਵੀ ਬਣ ਜਾਂਦੀ ਹੈ ਉਹ ਖੁਦ ਕੀ ਪਹਿਨਦੇ ਹਨ ਤੇ ਕਿਸ ਨੂੰ ਉਤਸ਼ਾਹਿਤ ਕਰਦੇ ਹਨ ਖਾਣ ਪੀਣ ਵਿੱਚ ਤਬਦੀਲੀ ਪੰਜਾਬੀ ਸੱਭਿਆਚਾਰ ਵਿੱਚ ਬੀਤੇ ਕੁਝ ਦਹਾਕਿਆਂ ਵਿੱਚ ਖਾਣ ਪੀਣ ਵਿੱਚ ਭਾਰੀ ਤਬਦੀਲੀ ਆਈ ਹੈ ਪੰਜਾਬ ਦੇ ਰਵਾਇਤੀ ਖਾਣਿਆਂ ਦਾਲ ਸਬਜੀ ਸਾਗ ਰੋਟੀ ਖੀਰ ਕੜਾ ਮਿੱਠੇ ਚੌਲ ਲੱਡੂ ਜਲੇਬੀਆਂ, ਸ਼ੱਕਰਪਾਰੇ, ਲੱਸੀ, ਸ਼ਿਕੰਜਵੀ, ਸ਼ਰਬਤ, ਠੰਡਿਆਈ ਦੀ ਥਾਂ ਪੀਜ਼ਾ, ਵਰਗਰ, ਹੌਟ ਡੌਗ, ਚਾਕਲੇਟ, ਟਾਫੀਆਂ ਤੇ ਕੋਲਡ ਡਰਿੰਕਸ ਵੀ ਵਰਤੋ ਵਧੀ ਹੈ। ਅਸਲ ਵਿੱਚ ਦੋ ਸੱਭਿਆਚਾਰਾਂ ਦਾ ਮੇਲ ਹੋਣ ਨਾਲ ਲੋਕਾਂ ਦਾ ਖਾਣ-ਪੀਣ ਸਾਂਝਾ ਹੋ ਜਾਂਦਾ ਹੈ। ਪੰਜਾਬ ਵਿੱਚ ਮਾਸ ਪਕਾਉਣ ਦੇ ਬਹੁਤੇ ਤਰੀਕੇ ਮੁਗਲਾਂ ਤੋਂ ਆਏ ਹਨ ਰਸਗੁਲਾ ਬੰਗਾਲ ਤੋਂ ਟੋਕਲਾ ਗੁਜਰਾਤ ਤੋਂ ਤੇ ਡੋਸਾ ਸਾਂਬਰ ਤੇ ਇਡਲੀ ਦੱਖਣ ਤੋਂ ਆਏ ਹਨ ਪਰੰਤੂ ਇਹ ਇੱਕ ਵਿਗਿਆਨਿਕ ਸੱਚ ਹੈ ਕਿ ਹਰ ਇਲਾਕੇ ਵਿੱਚ ਪੈਦਾ ਹੋਣ ਵਾਲੀ ਖਾਸ ਖੁਰਾਕ ਤੇ ਉਸ ਨੂੰ ਬਣਾਉਣ ਦਾ ਢਾਂਗ ਉੱਥੋਂ ਦੇ ਵਾਤਾਵਰਣ ਅਨੁਸਾਰ ਟਲਿਆ ਹੁੰਦਾ ਹੈ ਸਾਡੇ ਰਵਾਇਤੀ ਖਾਣੇ ਖੁਰਾਕੀ ਤਤਾਂ ਦੇ ਮਾਮਲੇ ਵਿੱਚ ਚੰਗੇ ਤੇ ਸਸਤੇ ਹਨ ਜਦ ਕਿ ਨਵੇਂ ਖਾਣੇ ਮਹਿੰਗੇ ਤੇ ਸਿਹਤ ਲਈ ਮਾੜੇ ਹਨ ਫਿਰ ਨਵੇਂ ਖਾਣੇ ਡੱਬਾ ਬੰਦ ਹੋਣ ਕਰਕੇ ਇਹਨਾਂ ਦੀ ਸੰਭਾਲ ਲਈ ਇਹਨਾਂ ਵਿੱਚ ਇਜਾਹੇ ਤਤ ਮਿਲਾਏ ਜਾਂਦੇ ਹਨ ਜੋ ਸਿਹਤ ਲਈ ਚੰਗੇ ਨਹੀਂ ਹੁੰਦੇ ਇਸ ਕਰਕੇ ਸਾਨੂੰ ਆਪਣੇ ਸੱਭਿਆਚਾਰ ਦੇ ਰਵਾਇਤੀ ਖਾਣਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਇਹ ਕੇਵਲ ਪੰਜਾਬੀ ਸੱਭਿਆਚਾਰ ਲਈ ਹੀ ਜ਼ਰੂਰੀ ਨਹੀਂ ਸਗੋਂ ਸਾਡੇ ਅਰਥਚਾਰੇ ਲਈ ਵੀ ਜ਼ਰੂਰੀ ਹੈ ਸ਼ਰਾਬ ਤੇ ਨਸ਼ਿਆਂ ਦੀ ਵਰਤੋਂ ਬੀਤੇ ਕੁਝ ਸਮੇਂ ਤੋਂ ਪੰਜਾਬੀ ਸੱਭਿਆਚਾਰ ਵਿੱਚ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਬਹੁਤ ਵੱਧ ਗਈ ਹੈ ਪਹਿਲਾਂ ਸ਼ਰਾਬ ਅਮੀਰਾਂ ਦੀ ਇਆਸ਼ੀ ਦਾ ਚਿੰਨ ਮੰਨੀ ਜਾਂਦੀ ਸੀ ਆਮ ਆਦਮੀ ਕਦੇ-ਕਦਾਈਂ ਵਿਆਹ ਸ਼ਾਦੀ ਜਾਂ ਮੇਲੇ ਤਿਹਾਰ ਉੱਤੇ ਇਸ ਦੀ ਵਰਤੋਂ ਕਰਦਾ ਸੀ ਪਰੰਤੂ ਅੱਜ ਜਿਸ ਤਰ੍ਹਾਂ ਇਸ ਦੀ ਵਰਤੋਂ ਵੱਧ ਗਈ ਹੈ ਤੇ ਗੀਤ ਸੰਗੀਤ ਰਾਹੀਂ ਇਸ ਨੂੰ ਉੱਚਾਇਆ ਜਾ ਰਿਹਾ ਹੈ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਇਹ ਸਾਡੇ ਸੱਭਿਆਚਾਰ ਦਾ ਮਾੜਾ ਪੱਖ ਹੈ ਜਿਸ ਨੂੰ ਸ਼ਕਤੀ ਨਾਲ ਛੱਡਣ ਦੀ ਜ਼ਰੂਰਤ ਹੈ ਕੁਝ ਹੋਰ ਤਬਦੀਲੀਆਂ ਬੀਤੇ ਸਮੇਂ ਵਿੱਚ ਪੰਜਾਬੀ ਜੀਵਨ ਵਿੱਚ ਦੋ ਹੋਰ ਵੱਡੀਆਂ ਤਬਦੀਲੀਆਂ ਆਈਆਂ ਹਨ ਇੱਕ ਤਾਂ ਪਿੰਡਾਂ ਦੀ ਬਜਾਏ ਸ਼ਹਿਰਾਂ ਵਿੱਚ ਜਾ ਕੇ ਵਸਣ ਦਾ ਰੁਝਾਨ ਵਧਿਆ ਹੈ ਦੂਜੇ ਵੱਡੇ ਸਾਂਝੇ ਪਰਿਵਾਰਾਂ ਦੀ ਥਾਂ ਛੋਟੇ ਜੋੜਾ ਪਰਿਵਾਰ ਵੱਧ ਰਹੇ ਹਨ ਇਸ ਦਾ ਕਾਰਨ ਪਿੰਡਾਂ ਵਿੱਚ ਸ਼ਹਿਰਾਂ ਵਰਗੀਆਂ ਸਹੂਲਤਾਂ ਦੀ ਘਾਟ ਅਤੇ ਨੌਕਰੀਆਂ ਵਿੱਚ ਵਾਧਾ ਹੈ ਇਹਨਾਂ ਰੁਝਾਨਾਂ ਕਾਰਨ ਪੰਜਾਬ ਦੇ ਰਵਾਇਤੀ ਸੱਭਿਆਚਾਰ ਨੂੰ ਬਹੁਤ ਢਾ ਲੱਗੀ ਹੈ ਬਹੁਤ ਸਾਰੇ ਤਿਹਾਰਾਂ ਤੀਆਂ ਲੋਹੜੀ ਤੇ ਸਾਂਝੀ ਦੇ ਰੂਪ ਵਿੱਚ ਬਦਲ ਗਏ ਹਨ ਜਿਸ ਨਾਲ ਪੰਜਾਬੀ ਸੱਭਿਆਚਾਰਾਂ ਵਿੱਚੋਂ ਰਵਾਇਤੀ ਸੱਭਿਆਚਾਰਕ ਸਾਂਝ ਘਟ ਗਈ ਹੈ ਤੇ ਇਹ ਤਿਹਾਰ ਆਧੁਨਿਕ ਖਪਤਕਾਰੀ ਯੁੱਗ ਵਿੱਚ ਚਾਪ ਲੂਸੀ ਦੇ ਸਾਧਨ ਬਣ ਗਏ ਹਨ ਅੱਜ ਇਹਨਾਂ ਰਵਾਇਤੀ ਤਿਹਾਰਾਂ ਨੂੰ ਬਚਾਉਣ ਦੀ ਬਹੁਤ ਜ਼ਰੂਰਤ ਹੈ ਧੰਨਵਾਦ